हाँ जी मित्रों, की हाल चाल जी। थोड़ा स्वागत अपने एक होर नवे ब्लॉग दे विच। सिकणगे एक आदा ब्लॉग है भी जिहड़ा रात नूं शुरू है भाई, रात नूं नहीं शुरू हो रहा। ये इंट्रो रिकॉर्ड कर रहा मैं, क्योंकि पहला मैं इंट्रो रिकॉर्ड करी नहीं सी, इसलिए मैं हुण रिकॉर्ड कर रहा। तो मक्की का अपना ब्लॉग आना सी, तो आप बनाया पाया बस इंट्रो रही, तो इंट्रो आप शूट कर ली, तो तुसीं देख के सारा ब्लॉग तो वधिया लगे। लाइक कर दिओ, शेयर कर दिओ, कमेंट कर लिओ, तो सबसक्राइब जरूर करके जाइओ, तो देखो तुसीं सारा ब्लॉग मक्की का। तो मैं मिलता सू अगले ब्लॉग च नज़र, बाय। लहनगे ट्रैक्टर दिया लाइटा उच्चे ने टांडे। चल कोई नहीं, दोबारे ला देंगे। ट्रैक्टर अपना गाना खड़ा, क्योंकि पहले ही उधर खड़ा पाई के वीडियो वीडियो ते देखो आ बैक होंगी है पूरे। गाइस हुण पानी लेके जाने पिछे, ते आ गई मशीन चलती है, दाने पाउंदी आ। इधर अपना भी खड़ा ब्लॉगर साहब, सही सलामत रहे। नौ मित्रों चल भी मशीन, ओहदे करके आवाज घट आउंदी, मैनेज करियो थोड़ा का। मैं पानी चकन गया हो करके टाइम नहीं लग्या, तो हूँ एक गेट आउट तुम्हें देख गया कि फिर दिखाने सू, फिर ट्रैक्टर लैके जावे, फिर दिखाने सू टाइम से और किमें हिलती आती है। मैं मित्रों उत्तों गेड़ा कटे ही, तो हूँ बली पागे, तो मैं पानी पी के आना फिर दौड़ी है ना दे चक्के पीले रंग के करे हुए ने। वैसे इन्होंने को खर्चा एक गेड़ा होर कट गया होगी, है एक गेड़ा होर कट गया। तो मित्रों देखो आप खड़े हाँ, वह हजे हारन मार नहीं रहा, तो जब हारन मारू फिर ट्रैक्टर जाओ, तो फिर थोड़ा वीडियो दिखा दूंगा समझा। मैं ट्रैक्टर तो वह खड़ा है, तो मशीन पहला और गेड़ा दे गई, तो मशीन और फिर देखते हुए नहीं देखती, वो देखो दीदी वह सिर जहा। तो जब उन्हें हार मारे सू फिर ही मिला,
ਤੇ ਪਿੱਛੇ ਤੁਹਾਨੂੰ ਦੀ ਲਾ ਉਹ ਟਰੈਕਟਰ ਵੀ ਮੈਂ ਵਾਈਡ ਐਂਗਲ ਲਾਇਆ ਹੋਇਆ ਤੇ ਫਿਰ ਹੀ ਮਿਲਦਾ ਤੁਹਾਨੂੰ ਜਦੋਂ ਮੈਂ ਹਾਰਨ ਮਾਰਿਆ ਤੇ ਦੇਖੋ ਮਿੱਤਰੋ ਅੱਜ ਆਪਾਂ ਗੱਲ ਕਰੀ ਸੀ ਜਦੀ ਜਾਂਦਾ ਟਰੈਕਟਰ ਗੇੜੇ ਦਾ ਮੇਰੀ ਕਹਿੰਦਾ ਉੱਥੇ ਹੀ ਮੋੜਦਾ ਮੈਂ ਚੱਪੋ ਆ ਗਿਆ ਸਿੱਧੀ ਲਾਈਨ 'ਚ ਦੇਖੋ ਟਾਇਰ ਦਾ ਟਾਇਰ ਦੇਖੋ ਟਿਲਸ ਦਾ ਟਾਇਰ ਚੱਪੋ ਮਿੱਤਰੋ ਜਾਂਦਾ ਪਿਆ ਕੀ ਦੱਬਦਾ ਨਹੀਂ ਹੈ ਉਹਨੇ ਯਾਰ ਦੱਸੋ ਵੀ 53 ਦਾ ਸਹੀ ਕਰਦੇ ਝੂ 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 ਭੱਜਣ ਵੇਲੇ ਅਤੇ ਆਵਾਜ਼ ਬਹੁਤ ਸਿਰੇ ਕਰਦੇ ਨੇ ਯਾਰ ਉਹ ਦੇਖੋ ਟਾਇਰ ਦੇਖੋ ਟਾਇਰ ਦੇਖੋ ਉਹ ਤਿਲਸ ਦੇ ਟਾਇਰ ਉਹ ਜੇ ਫੁਲਕੇ ਹੈ ਜਿਹਨਾਂ ਇਹਦੇ ਉਤਲੀ ਉਹ ਲਾ ਲਾ ਛੱਡਦੀ ਆ ਮਸ਼ੀਨ ਜਾਂ ਮੋੜਦੇ ਨੇ ਟਾਇਰ ਉਹ ਟਾਇਰ ਤਿਲਕਦਾ ਜਾਂਦਾ ਵੀ ਕਟਾਈ ਵੱਧ ਹੁੰਦੀ ਆ ਉਹਦੇ ਹਿਸਾਬ ਨਾਲ ਇਹ ਤਾਂ ਕਹਾਂ ਬ੍ਰੇਕਾਂ ਨਾਲ ਹੀ ਚੱਲਦਾ ਹੁੰਦਾ ਇਹ 'ਚ ਬ੍ਰੇਕ ਹੀ ਲਾਉਣੇ ਪੈਂਦੇ ਨੇ ਟਰੈਕਟਰ ਕਰਕੇ ਜੇ ਖੜ੍ਹਾ ਹੋ ਜਾਵੇ ਤੁਰਦਾ ਹੀ ਨਹੀਂ ਹੁਣ ਅਸੀਂ ਇਹ ਤੋਰਾਂਗੇ ਅਸੀਂ ਇਹਨੂੰ 20 ਦੂਜੇ ਤੀ ਦੂਜੇ ਤੋਰ ਦਿੰਦੇ ਹਾਂ ਜਾਂ ਸੀ ਪਹਿਲੇ ਦੂਜੇ 'ਚ ਹੈ ਨਾ ਅਤੇ ਉਹ ਨਾ ਪੂਰੀ ਵਧੀਆ ਤੁਰਦਾ ਫਿਰ ਨਹੀਂ ਤਾਂ ਤੁਸੀਂ ਹੋ ਜਾਂਦਾ ਅਤੇ ਹੁਣ ਸਾਨੂੰ ਉਹ ਡੈਡੀ ਲੈ ਗਿਆ ਬੈਕ ਮਸ਼ੀਨ ਨੇ ਹਾਥ ਮਾਰਤਾ ਆ ਰਹੀ ਆ ਹੌਲੀ ਹੌਲੀ ਉਹ ਜਿਹੜੀ ਕਹਿੰਦਾ ਉਹਦੀ ਬੈਕ ਲੈ ਜਾਂਗੇ ਅਤੇ ਦੇਖੋ ਵਡਾਉਣੀ ਤਾਂ ਆਪਾਂ ਕੱਲ੍ਹ ਸੀ ਪਰ ਪਲੈਨ ਅੱਜ ਦਾ ਬਣ ਗਿਆ ਕਿਉਂਕਿ ਪਿੰਡ ਆਈ ਹੋਈ ਸੀ ਮੁੰਡੇ ਦੇ ਅਤੇ ਇਹ ਕਹਿੰਦੇ ਵੀ ਸਾਡਾ ਇੱਧਰ ਫਿਰ ਗੇੜਾ ਨਹੀਂ ਜਿਹੜਾ ਅਸੀਂ ਦੂਰ ਕਿਤੇ ਜਾਣਾ ਫਿਰ ਡੈਡੀ ਕਹਿੰਦਾ ਅੱਜ ਹੀ ਸਹੀ ਉਹਨਾਂ ਦੇ ਪਹਿਲਾਂ 2-3 ਵਜੇ ਤੱਕ ਵੱਢੀ ਗਈ ਆ ਅਤੇ ਆਪਣੇ ਹੁਣ ਆਈ ਆ ਤੁਸੀਂ ਅਤੇ ਰਾਤ ਨੂੰ ਲੈ ਕੇ ਚੱਲਾਂਗੇ ਮੱਕੀ ਆਊ ਸਵਾਦ ਦੇਖੋ ਚਲਾਈ ਘੱਟ ਹੋਈ ਆ ਮੁੜੇ ਨਾਲ ਲੈਣਾ ਕੰਮ ਚਾਹੇ ਲੋ ਮਿੱਤਰੋ ਮਸ਼ੀਨ ਆ ਗਈ ਦੇਖੋ ਇੱਕ ਉਹ ਬੈਠਾ ਮੇਰੀ ਮਾਸੀ ਦਾ ਮੁੰਡਾ ਜੀ ਆਇਆ ਅਸੀਂ ਰਹਿਣ ਕਹਿੰਦਾ ਮੈਂ ਮੱਕੀ ਬਣਾ ਕੇ ਜਾਣੀ ਆ ਮੈਂ ਕਿਹਾ ਚੱਲ ਫਿਰ ਤੈਨੂੰ ਵੀ ਦਿੰਦੇ ਹਾਂ ਮੱਕੀ ਦੇ ਨਜ਼ਾਰੇ ਉੱਤੇ ਚੜਿਆ ਬੈਠਾ ਹੁਣ ਚੱਲਦੀ ਆ ਅਤੇ ਉਹ ਬਾਈ ਕਹਿੰਦਾ ਬੋਤਲ ਭਰ ਕੇ ਦੇ ਦਿਉ ਮੈਨੂੰ ਪਾਣੀ ਦੀ ਅਤੇ ਆਪਾਂ ਭਰਦੇ ਹਾਂ ਫਿਰ ਮਿਲਦੇ ਹਾਂ ਅਤੇ ਮਿੱਤਰ ਬੋਤਲ ਆਪਾਂ ਭਰਤੀ ਉਹ ਲਈ ਜਾਂਦਾ ਉਹਦੇ ਹਾਂ ਚੜ ਗਿਆ ਟਰੈਕਟਰ 'ਤੇ ਮੈਂ ਟਰੈਕਟਰ 'ਤੇ ਬੈਠਾ ਟਰੈਕਟਰ ਦਾ ਇਹਨੂੰ ਸ਼ੁਰੂ ਤੋਂ ਸ਼ੌਕ ਆ ਸ਼ੌਕ ਮਾਰਨਾ ਨਹੀਂ ਚਾਹੀਦਾ ਅਤੇ ਆਪਣਾ ਕੰਮ ਚੱਲੀ ਜਾਂਦਾ ਅਤੇ ਤੁਸੀਂ ਯਾਰ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਅਤੇ ਮੈਂ ਦੱਸ ਵੱਧ ਕੇ ਆਹ ਵਾਲਾ ਕੀਲਾ ਫਿਰ ਗਾਹ ਨਿਕਲੀ ਦਿਖਾਉਂਦਾ ਚੱਲਦਾ ਏ ਕੰਮ ਯੁੱਗ ਰਿਪੋਰਟ ਕਰੀਏ ਮਿੱਤਰੋ ਭਰ ਗਈ ਤੀਜੇ ਗੇੜ 'ਚ ਉੱਧਰੋਂ ਫੁੱਲ ਭਰ ਜੂਤੇ ਦਾ ਠੀਕ ਹੈ ਨਾ ਅਤੇ ਮਤਲਬ ਇਹ ਉਰੇ ਕੁ ਤੱਕ ਆ ਜੂ ਯਾਰ ਮੇਰੇ ਹਿਸਾਬ ਨਾਲ ਉਰੇ ਕੁ ਤੱਕ ਆਹ ਵਾਲੇ ਖੇਤ 'ਚੋਂ ਉਰੇ ਕੁ ਤੱਕ ਇਹ ਹੈਗੀ ਵੀ 16 ਫੁੱਟੀ ਆ ਬੜੀ ਆ ਅਤੇ ਪਿਛਲੀ ਆਪਣੀ ਇਹ ਖੇਤ 'ਚੋਂ ਫੁੱਲ ਟਰਾਲੀ ਭਰ ਗਈ ਸੀ ਕਿਉਂ ਦੇਖੋ ਕਿ ਆਹ ਮੌਸਮ ਹੋਇਆ ਹੋਇਆ ਨਾ ਹਵਾ ਚੱਲਦੀ ਹੈ ਗੱਲਬਾਤ ਸਿਰੇ ਆ ਪੂਰੀ ਅਤੇ ਯਾਰ ਉਹਨੇ ਟਰੈਕਟਰਾਂ ਦੀ ਉਚਾਈਆਂ ਪਏ ਆਹ ਵੀ ਆਪਾਂ ਬਦਲਾ ਦਾਂਗੇ ਹੁਣ ਕੋਈ ਨਹੀਂ ਮੱਕੀ ਵੱਢੀ ਗਈ ਇਹਦਾ ਵੀ ਕੁੰਡਾ ਕਰ ਹੀ ਦੇਣਾ ਆਪਾਂ ਆਸਾ ਸਰੀਰ ਦੂਜੀ ਲਵਾ ਦੇਣੀ ਆ ਫਿਰ ਸੋ ਰੀਲਾਂ ਬਣਨ ਨੂੰ ਮਿਲਿਆ ਕਰਨਗੀਆਂ ਅਤੇ ਆਹ ਦੱਸਿਓ ਆਹ ਸਿਰੇ ਲਿਖਿਆ ਹੋਇਆ ਗ੍ਰੀਨ ਹਾਊਸ ਹੋਰ ਵੀ ਆਪਾਂ ਮੂਸੇ ਵਾਲੀ ਫੋਟੋ ਲਵਾਵਾਂਗੇ ਕੋਈ ਨਹੀਂ ਇਹ ਵੀ ਚੇਂਜ ਕਰਾਂਗੇ ਅਸੀਂ ਜਲਦੀ ਤੋਂ ਜਲਦੀ ਇਸ ਵੇਲੇ ਦੇ ਚੈਨਲ ਕਰ ਲਓ ਸਭ ਕਰਾਈ ਕਿਉਂਕਿ ਹੁਣ ਬਹੁਤ ਟੌਪ ਟੌਪ ਦੇ ਕੰਟੈਂਟ ਆਉਣਗੇ ਅਤੇ ਆਉਂਦੇ ਰਹਿਣਗੇ
ਸਾਰੀ ਵੱਟ ਕੇ ਬਣਾ ਦੇ ਉਹਨਾਂ ਦੀ ਖੇਡ ਜਿਹੜਾ ਬਣਾ ਕੇ ਜਾਂਦੀ ਗਾਲੇ ਵਿੱਚ ਪਾਤੀਆਂ ਕਰਦਾ ਦੋ ਮਿੱਤਰ ਆਪਦਾ ਮਨ ਵੱਡੀ ਗਈ ਹੈ ਨਾ ਮੈਂ ਹਰੇਕ ਵਾਰ ਕਹਿੰਦਾ ਵਾ ਸਾਹਿਬ ਵੱਢ ਕੇ ਮਿਲਣਾ ਮੈਂ ਫਿਰ ਵੀਡੀਓ ਬਣਾ ਲੈਂਦਾ ਚਲੋ ਕੋਈ ਨਹੀਂ ਚੱਲੀ ਜਾਣ ਤਾਂ ਗਰਮ ਹੋ ਜੂ ਹਾਂ ਮਿੱਤਰੋ ਅਸੀਂ ਆਸਮਾਨ ਕੀ ਉਚਾਈ ਹੋਵੇ ਦੇਖੋ ਆਪਾਂ ਟਰਾਲੀ ਸਾਈਡ ਤੇ ਖੜੇ ਡੈਡੀ ਦੇਖੋ ਲਾ ਤੋੜੀ ਮੈਂ ਉੜੀ ਚੜ ਗਿਆ ਤੇ ਉਹ ਦੇਖੋ ਕਿਆ ਵਿਊ ਆ ਤੇ ਆਹ ਆਪਣੀ ਹੋ ਗਈ ਕੰਪਲੀਟ ਤੇ ਟਰੈਕਟਰ ਆਉਂਦਾ ਆਪਣਾ ਜੂੰ ਜੂੰ ਕਰਦਾ ਤੇ ਮਿਲਦੇ ਆ ਹੁਣ ਉਹ ਵੱਜ ਕੇ ਫਿਰ ਅੱਜ ਰਾਤ ਨੂੰ ਚੱਲਾਂਗੇ ਰਾਤ ਨਾਈਟ ਸ਼ਿਫਟ ਦੇਖੋ ਟਰੈਕਟਰ ਦੇਖ ਖੜਾ ਹੋ ਗਿਆ ਦੇਖ ਖੜਾ ਹੁੰਦਾ ਦੇਖੋ ਟਰੈਕਟਰ ਜੀਦਾ ਨਹੀਂ ਹੋਣਾ ਮੈਂ ਮੂਹਰੇ ਹੁੰਦਾ ਸੌ ਲੱਗੇ ਤੇ ਹੋਣਾ ਬਹੁਤ ਸਵਾਦ ਸ਼ਾਇਦ ਉਹਨੂੰ ਫਿਰ ਖੜਾ ਹੋਣ ਦੇ ਚਾਂਸ ਨਾ ਹੋਣ ਪਰ ਮੈਨੂੰ ਉਮੀਦਾਂ ਨੇ ਨਹੀਂ ਹੋਇਆ ਨਹੀਂ ਖੜਾ ਮਾੜਾ ਮਾੜਾ ਉੱਠਦਾ ਪਰ ਓਨਾ ਨਹੀਂ ਉੱਠਿਆ ਦੇਖੋ ਵਿਊ ਦੇਖੋ ਮਿੱਤਰੋ ਵਿਊ ਉਹ ਲੱਗ ਗਿਆ ਬਾਈ ਉੱਧਰ ਵੱਢਣ ਲੋ ਮਿੱਤਰੋ ਚੱਲਿਆ ਟਰੈਕਟਰ ਆਪਣਾ ਉਹ ਮਸ਼ੀਨ ਕੱਢ ਕੇ ਖੜਾ ਲਈ ਪਾਰਕਿੰਗ ਫੁੱਲ ਟੈਂਕੀ ਉਹਦੀ ਤੇ ਚੱਕੋ ਮਿੱਤਰੋ ਪੈਣ ਲੱਗ ਗਿਆ ਇਹ ਹੈਗਾ ਸ਼ਾਇਦ ਪੰਜ ਮੰਗ ਡੇਢ ਅਤੇ ਪੰਜ ਮੰਗ ਡੇਢ ਪਰਨੇ ਦੇ ਨਜ਼ਰ ਪਰਨਾ ਵੀ ਢਿੱਲਾ ਹੋ ਗਿਆ ਅਤੇ ਆਪਾਂ ਫਿਰ ਜਦ ਜਾਵਾਂਗੇ ਆਪਣੀ ਮੱਕੀ ਉੱਤੇ ਛੰਡਣ ਆਪਣੀ ਮਾਸੀ ਕੇ ਪਿੰਡ ਗਾਹਾਂ ਮੰਡੀ ਆਪਾਂ ਦੋ ਰਾਤਾਂ ਉੱਥੇ ਰਹਾਂਗੇ ਆਪਣੀ ਇੱਕ ਰਾਤ ਬੇਟੀ ਜੀ ਜਾਏ ਦੋ ਰਾਤ ਮੱਕੀ ਹੈ ਸਮਾਨ ਆਪਾਂ ਸਾਰਾ ਲੈ ਲਿਆ ਅਤੇ ਉੱਥੇ ਜਾਵਾਂਗੇ ਅਤੇ ਉੱਥੇ ਦਾ ਹੀ ਬਲੌਗ ਬਣਾਵਾਂਗੇ ਅਤੇ ਦੇਖਦੇ ਹਾਂ ਟਰਾਲੀ ਕਿੰਨੀ ਭਰ ਜੇ ਸਾਨੂੰ ਬੜਾ ਕੰਮ ਟਰਾਲੀ ਕਿਉਂਕਿ ਐਸੀ ਗਰਮੀ ਛੇਤੀ ਆਉਣ ਕਰਕੇ ਉੱਨੀ ਨਿਕਲ ਨਹੀਂ ਰਹੀ ਅਤੇ ਦੇਖਦੇ ਹਾਂ ਬਸ ਲੋ ਮਿੱਤਰੋ ਆਪਾਂ ਫੋਰ ਟਰੈਕਟਰ ਲਿਆ ਆਪਣੇ ਵੱਲ ਤਾਂ ਗਿਆ ਹੋਇਆ ਇਹ ਆਪਣੇ ਚਾਚੇ ਗਾ ਉੱਧਰ ਆਹਲੀ ਚਾਚੇ ਕੋਲ ਤਾਂ ਫਾਰਮ ਟਰੈਕ ਆ ਅਤੇ ਆਪਣੇ ਚਾਚੇ ਗਾ ਉਹਨਾਂ ਤੋਂ ਲੈ ਕੇ ਫਿਰ ਆਪਾਂ ਪਾਉਂਦੇ ਹਾਂ ਟਰਾਲੀ ਕਿਉਂਕਿ ਉਹ ਫੁੱਲ ਹੋ ਗਈ ਆ ਟਰਾਲੀ ਆਪਾਂ ਪਾਲੀ 'ਤੇ ਲੈ ਕੇ ਚੱਲਦੇ ਹਾਂ ਕਿਉਂਕਿ ਉਹ ਭਰ ਗਈ ਹੋਊ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਕਿਉਂਕਿ ਡਰਾਈਵਰ ਹੈ ਨਹੀਂ ਜਿਹੜੇ ਨਾ ਭੁੱਲਿਆ ਉੱਥੇ ਅਤੇ ਉੱਕਣੀ ਡੰਡੇ ਡੁੰਡੇ ਲਾ ਕੇ ਪਾਈ ਆ ਅਤੇ ਹੁਣ ਬੈਕ ਕਰਾਉਂਦੇ ਹਾਂ ਫਿਰ ਮਿਲਦੇ ਜੀ ਮਿੱਤਰੋ ਉਹ ਵੀ ਯਾਰ ਬੈਕ ਕਿਉਂ ਕਿਉਂਕਿ ਯਾਰ ਹੁਣ ਮੈਂ ਫੋਨ ਸਟਾਰਟ ਕਰ ਰਿਹਾ 6:30 ਵਜੇ ਬਲੌਗ ਕਿਉਂਕਿ ਯਾਰ ਢਿੱਡ ਜਿਹਾ ਦੋਹਣ ਲੱਗ ਗਏ ਮੈਂ ਘਰ ਪੈ ਗਿਆ ਸੀ ਅੱਧਾ ਘੰਟਾ ਘੰਟਾ ਟਰੈਕਟਰ 'ਚ ਆਪਾਂ ਲੈ ਕੇ ਗਏ ਉਹ ਤੋਂ ਬਾਅਦ ਮਤਲਬ ਘੰਟਾ ਘੰਟਾ ਪੈ ਗਿਆ ਹੁਣ ਮੈਂ ਪਾਣੀ ਲੈ ਕੇ ਜਾ ਰਿਹਾ ਦੇਖੋ ਹੁਣ ਤਾਂ ਲਵੀ ਲੱਗੀ ਹੋਊ ਬੱਬਲੀ ਮੱਕੀ ਵੱਢਣ ਨੂੰ ਲਵੀ ਲੱਗੀ ਹੋਊਗੀ ਅਤੇ ਜਾ ਕੇ ਮਿਲਦਾ ਸਾਨੂੰ ਉੱਥੇ ਦੋ ਮਿੱਤਰੋ ਫੁੱਲ ਭਰ ਗਈ ਆਪਣੀ ਉਹੀ ਖਿੱਚ ਤੂ ਕੇ 16 ਫੁੱਟੀ ਫੁੱਲ ਹੋਊਗੀ ਅਤੇ ਆਹ ਚੱਲਿਆ ਆਪਣਾ ਦੂਜਾ ਟਰੈਕਟਰ ਦੇਖੋ ਬਿਨਾਂ ਟਰਾਵਰ ਤੋਂ ਹੀ ਜਾ ਰਹੇ ਅਤੇ ਇਹ ਆਪਾਂ ਘਰੇ ਰੱਖਾਂਗੇ ਘਰੇ ਫੀਡ ਫੂਡ ਚਕਾਉਣ ਨੂੰ ਰੱਖਾਂਗੇ ਆਪਾਂ ਇਹ ਵਾਲੀ ਮੱਕੀ ਜਿਹੜੀ ਇਹ ਚਕਾਉਣ ਅਤੇ ਹੋਰ ਆਪਾਂ ਵੇਚ ਜਾਵਾਂਗੇ ਠੀਕ ਆ ਮੱਕੀ ਆਪਣੀ ਸਾਰੀ ਵੱਢੀ ਗਈ ਦੇਖ ਲਓ ਅਤੇ ਯਾਰ ਟਰੈਕਟਰ ਖੜ੍ਹਾ ਹੀ ਬਹੁਤ ਹੋਇਆ ਯਾਰ ਮੈਂ ਉਹ ਸੀਨ ਮਿਸ ਕਰਤਾ ਯਾਰ ਸੋਰੀ ਅਤੇ ਮਾਫ ਕਰਿਆ ਹੁਣ ਯਾਰ ਥੋੜ੍ਹਾ ਘਰੇ ਵੀ ਹੋ ਸੀ ਉਹ ਚੱਲੇ ਉੱਥੋਂ ਮੋੜਨਗੇ ਦੇਖਣਗੇ ਜੋ ਮੁਰਦੀ ਆ ਭਰੀ ਬਹੁਤ ਹੋਈ ਆ ਟਰਾਲੀ ਉਹ ਖੜ੍ਹ ਜਾਓ ਕਿੱਧਰ ਵੱਗ ਗਿਆ ਵੈ ਹਾਂ ਕਹਿੰਦੇ ਭਰੀ ਬਹੁਤ ਹੋਈ ਆ ਟਰਾਲੀ ਉਹਦੇ ਕਰਕੇ ਔਖਾ ਥੋੜ੍ਹਾ ਦੇਖਦੇ ਹਾਂ ਬਾਕੀ ਕੀ ਬਣਦਾ